ਦਾ ਜ਼ਿਕਰ ਹੋਇਆ, ਪਰ ਕਿਤੇ ਨਾ ਕਿਤੇ ਮੈਂ ਸਮਝਦਾ ਵੀ ਇਹ ਜੋ ਸਰਕਾਰਾਂ ਨੇ ਇਹ ਗੱਲਾਂ ਕਰਦੀਆਂ ਨੇ ਵੀ ਸਾਨੂੰ ਜੋ ਇਹ ਹੈਗੀ ਆ ਵੀ ਸਾਨੂੰ ਸਕੂਲ ਬਣਾਉਣ ਦੀ ਲੋੜ ਹੈ, ਸਾਨੂੰ ਉੱਥੇ ਐਜੂਕੇਸ਼ਨ ਬਣਾ ਲਿਆਉਣ ਦੀ ਲੋੜ ਹੈ, ਪਰ ਇਹ ਗੱਲ ਕਿਤੇ ਨਹੀਂ ਲਿਆਂਦੀ ਜਾਂਦੀ ਵੀ ਉਹ ਐਜੂਕੇਸ਼ਨ ਉਹ ਸਕੂਲਾਂ ਦੇ ਵਿੱਚ ਪੜ੍ਹਾਉਣਾ ਕੀ ਹੈ, ਉਹ ਐਜੂਕੇਸ਼ਨ ਦੇਣੀ ਕੀ ਹੈ, ਇਹ ਨਹੀਂ ਕਿਤੇ ਗੱਲ ਕੀਤੀ ਜਾਂਦੀ। ਜੋ ਜੋ ਇਤਿਹਾਸ ਦੇ ਵਿੱਚ ਸਾਹਿਤ ਵਿੱਚ ਪੜ੍ਹਾਇਆ ਜਾਂਦਾ ਹੈ ਉਹ ਬਾਹਰਲਿਆਂ ਬਾਰੇ ਪੜ੍ਹਾਇਆ ਜਾਂਦਾ। ਜੋ ਭਾਈ ਨੰਦ ਲਾਲ ਜੀ ਹੋਏ ਨੇ, ਭਾਈ ਨੰਦ ਲਾਲ ਜੀ ਵਰਗਾ ਮੈਂ ਨਹੀਂ ਸਮਝਦਾ ਕੋਈ ਸਾਹਿਤਕਾਰ ਇੱਥੇ ਹੋਇਆ ਹੋ। ਜੋ ਉਹਨਾਂ ਦੀ ਫਾਰਸੀ ਦੀ ਜੋ ਉਹਨਾਂ ਦੀ ਜਾਣਕਾਰੀ ਸੀ, ਜੋ ਉਹਨਾਂ ਦੀ ਅਰਬੀ ਦੀ ਜੋ ਉਹਨਾਂ ਦੀ ਜਾਣਕਾਰੀ ਸੀ। ਇੱਕ ਸਮਾਂ ਅਜਿਹਾ ਆਇਆ ਜਦੋਂ ਔਰੰਗਜ਼ੇਬ ਨੇ ਆਪਦੇ ਪੁੱਤਰ ਮੁਅੱਜ਼ਮ ਜੋ ਬਾਅਦ ਵਿੱਚ ਬਾਦਸ਼ਾਹ ਬਹਾਦਰ ਸ਼ਾਹ ਵੀ ਬਣਿਆ, ਉਹਨੂੰ ਕੁਰਾਨ ਦੀਆਂ ਆਇਤਾਂ ਬਾਰੇ ਦੱਸਿਆ ਵੀ ਤੂੰ ਇਸ ਦਾ ਜੋ ਮਤਲਬ ਦੱਸ, ਤਾਂ ਉਸ ਸਮੇਂ ਉਹਨਾਂ ਨੇ ਜੋ ਮੁਅੱਜ਼ਮ ਨੇ ਜੋ ਮੁੱਖ ਮੁਨਸ਼ੀ ਹੈ ਉਹ ਭਾਈ ਨੰਦ ਲਾਲ ਜੀ ਨੂੰ ਉੱਥੇ ਜੋ ਜ਼ਿੰਮੇਵਾਰੀ ਸੌਂਪੀ ਸੀ, ਤਾਂ ਉਸ ਤੋਂ ਕੁਰਾਨ ਦੀਆਂ ਜੋ ਆਇਤਾਂ ਸੀ ਉਸਦਾ ਹੱਲ ਨਹੀਂ ਹੋਇਆ ਮੁਅੱਜ਼ਮ, ਤਾਂ ਉਹਨੇ ਭਾਈ ਨੰਦ ਲਾਲ ਜੀ ਨੂੰ ਆਖਿਆ, ਤਾਂ ਉਹਨਾਂ ਨੇ ਜੋ ਅਰਥ ਕਰਕੇ ਦਿੱਤੇ, ਤਾਂ ਜਦੋਂ ਔਰੰਗਜ਼ੇਬ ਨੇ ਵੀ ਉਹ ਅਰਥ ਪੜ੍ਹੇ ਤਾਂ ਉਹ ਵੀ ਦੰਗ ਰਹੇ, ਤਾਂ ਉਹਨਾਂ ਨੇ ਆਖਿਆ ਵੀ ਇਸ ਬੰਦੇ ਨੂੰ ਜੋ ਐਡਾ ਵੱਡਾ ਜੋ ਜੋ ਰਚਨਾ ਕਰ ਸਕਦਾ ਹੈ, ਜਿਸ ਨੂੰ ਇੰਨੀ ਜ਼ਿਆਦਾ ਨੌਲੇਜ ਹੈ, ਇਹਨੂੰ ਮੁਸਲਮਾਨ ਬਣਾਇਆ ਜਾਵੇ। ਫਿਰ ਭਾਈ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲੇ ਗਏ ਵੀ ਮੇਰੇ ਧਰਮ ਦੀ ਰੱਖਿਆ ਕੀਤੀ ਜਾਵੇ। ਤਾਂ ਬੜੇ ਜ਼ਿਆਦਾ ਜੋ ਸਾਡੇ ਅਸਲੀ ਸਾਡੇ ਰਚਨਾਕਾਰ ਨੇ ਜਿੱਥੋਂ ਸਾਡਾ ਧੁਰਾ ਵੱਜਦਾ ਉਹਨਾਂ ਨੂੰ ਇਗਨੋਰ ਕੀਤਾ ਜਾਂਦਾ। ਮੈਂ ਜਦੋਂ ਲਹਿੰਦੇ ਪੰਜਾਬ ਵਿੱਚ ਗਿਆ ਸਾਂ ਤਾਂ ਮੈਂ ਉੱਥੋਂ ਦੇ ਜਿਹੜੇ ਮੇਰੇ ਹਮ ਉਮਰ ਨੇ ਉੱਥੋਂ ਦੇ ਜੋ ਉੱਥੋਂ ਦੀ ਪੰਜਾਬ ਯੂਨੀਵਰਸਿਟੀ ਜੋ 1882 'ਚ ਬਣੀ ਸੀ ਉੱਥੇ ਜਿਹੜੇ ਪੜ੍ਹਦੇ ਨੇ ਉਹਨਾਂ ਨੂੰ ਪੁੱਛਿਆ ਵੀ ਕਿਉਂਕਿ ਮੈਂ ਗੱਲ ਕਰਦਾ ਇਤਿਹਾਸ ਦੀ ਕਿਉਂਕਿ ਮੇਰੀ ਜੋ ਜੋ ਰੁਚੀ ਹੋ ਇਤਿਹਾਸ ਵਿੱਚ, ਤਾਂ ਮੈਂ ਪੁੱਛਿਆ ਵੀ ਤੁਹਾਨੂੰ ਇਤਿਹਾਸ ਕੀ ਪੜ੍ਹਾਇਆ ਜਾਂਦਾ, ਤੁਹਾਨੂੰ ਦਿੱਲੀ ਸਲਤਨਤ ਪੜ੍ਹਾਈ ਜਾਂਦੀ ਹੈ ਕਿ ਮੁਗਲ ਪੜ੍ਹਾਏ ਜਾਂਦੇ, ਤਾਂ ਉਹਨਾਂ ਨੇ ਕਿਹਾ ਸਾਨੂੰ ਇਹਨਾਂ ਬਾਰੇ ਕੁਝ ਵੀ ਦੱਸਿਆ ਜਾਂਦਾ, ਜੋ ਸਾਨੂੰ ਦੱਸਿਆ ਜਾਂਦਾ ਉਹ ਜੋ ਸਾਡਾ ਆਪਦਾ ਬਾਦਸ਼ਾਹ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਾਰੇ ਦੱਸਿਆ ਜਾਂਦਾ, ਪਰ ਸਾਡਾ ਜੋ ਇਤਿਹਾਸ ਹੈ ਸਾਡੇ ਇੱਧਰ ਚੜ੍ਹਦੇ ਪੰਜਾਬ ਦਾ ਇਤਿਹਾਸ ਹੈ, ਸਾਡਾ ਤਾਂ ਸ਼ੇਰੇ ਪੰਜਾਬ ਦੂਰ ਦੂਰ ਤੱਕ ਨਹੀਂ ਦੱਸਿਆ ਜਾਂਦਾ, ਸਾਨੂੰ ਮੁਗਲ